ਮੈਂ ਜੀ ਕੋਲ ਸਵਾਗਤ ਕਰ ਰਹੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਭਰਮੇ ਟਿੰਡੇ ਬਣਾ ਕੇ ਤਿਆਰ ਕਰਾਂਗੇ ਤੇ ਇਹਨੂੰ ਥੋੜਾ ਜਿਹਾ ਅਲੱਗ ਤਰੀਕੇ ਦੇ ਨਾਲ ਬਣਾਵਾਂਗੇ। ਦੇਖੋ ਜਦੋਂ ਆਪਾਂ ਟਿੰਡਿਆਂ ਦੇ ਵਿੱਚ ਮਸਾਲਾ ਭਰ ਕੇ ਉਹਨਾਂ ਨੂੰ ਤਲਦੇ ਆ ਤੇ ਉਹ ਮਸਾਲਾ ਜਿਹੜਾ ਆ ਬਾਹਰ ਨਿਕਲ ਜਾਂਦਾ ਹੈ ਤੇ ਮੈਂ ਇਹਨਾਂ ਦੇ ਵਿੱਚ ਮਸਾਲਾ ਵੀ ਭਰੂੰਗੀ। ਉਸ ਤੋਂ ਬਾਅਦ ਇੱਕ ਇਹਨਾਂ ਨੂੰ ਆਪਾਂ ਤੜਕੇ ਦੇ ਵਿੱਚ ਤੜਕਾ ਭੁੰਨਾਂਗੇ, ਤੜਕੇ ਦੇ ਵਿੱਚ ਫਿਰ ਇਹਨਾਂ ਨੂੰ ਆਪਾਂ ਮਿਲਾਵਾਂਗੇ। ਉਹਦੇ ਨਾਲ ਕੀ ਹੈ ਕਿ ਜਿਹੜਾ ਆਪਾਂ ਇਹਨਾਂ ਦੇ ਵਿੱਚ ਮਸਾਲਾ ਭਰਾਂਗੇ ਉਹਦਾ ਵੀ ਸਵਾਦ ਆਊਗਾ ਤੇ ਜਿਹੜਾ ਆਪਾਂ ਮਸਾਲਾ ਬਣਾਵਾਂਗੇ ਉਹਦਾ ਜਿਹੜਾ ਸਵਾਦ ਆ ਉਹ ਅਲੱਗ ਆਊਗਾ। ਇਹਦੇ ਨਾਲ ਕੀ ਆ ਕਿ ਜਿਹੜਾ ਟਿੰਡੇ ਆ ਹੋਰ ਵੀ ਜ਼ਿਆਦਾ ਵਧੀਆ ਖਾਣ ਦੇ ਵਿੱਚ ਲੱਗੂਗੇ। ਤੇ ਇਹਦੇ ਵਾਸਤੇ ਆ 700 ਗ੍ਰਾਮ ਟਿੰਡੇ ਲਏ ਆ। ਟਿੰਡੇ ਜਿਹੜੇ ਆ ਮੈਂ ਛਿੱਲ ਕੇ ਚੰਗੇ ਤਰੀਕੇ ਦੇ ਨਾਲ ਧੋ ਕੇ ਉਹਨਾਂ ਨੂੰ ਸਾਫ਼ ਕੱਪੜੇ ਦੇ ਨਾਲ ਸਾਫ਼ ਕਰ ਲਿਆ ਆ। ਪਾਣੀ ਜਿਹੜਾ ਆ ਟਿੰਡਿਆਂ ਦੇ ਉੱਤੇ ਨਹੀਂ ਰਹਿਣਾ ਚਾਹੀਦਾ। ਹੁਣ ਇਹਨਾਂ ਨੂੰ ਆਪਾਂ ਚੀਰਾ ਦੇ ਕੇ ਭਰ ਕੇ ਤਿਆਰ ਕਰ ਲਾਂਗੇ। ਇਹਨਾਂ ਨੂੰ ਚੀਰਾ ਲਾ ਲੈਣਾ, ਚੀਰਾ ਜਿਹੜਾ ਆ ਥੱਲੇ ਤੱਕ ਨਹੀਂ ਲਾਣਾ। ਜੇ ਤਾਂ ਟਿੰਡਾ ਥੋੜਾ ਜਿਹਾ ਜੇ ਦਾ ਇਸ ਤਰੀਕੇ ਦੇ ਨਾਲ ਵੱਡੇ ਸਾਈਜ਼ ਦਾ ਆ ਫਿਰ ਇਹਦੇ ਵਿੱਚ ਦੋ ਚੀਰੇ ਲਾ ਲੈਣੇ ਆ ਜਿੱਦਾਂ ਆਪਾਂ ਲਾਏ ਆ। ਜੇ ਛੋਟੇ ਸਾਈਜ਼ ਦਾ ਆ ਫਿਰ ਇੱਕ ਹੀ ਚੀਰਾ ਲਾਣਾ ਆ। ਟਿੰਡਿਆਂ ਨੂੰ ਚੀਰਾ ਲਾ ਕੇ ਤਿਆਰ ਕਰ ਲਿਆ। ਹੁਣ ਲੈਣੀ ਇੱਕ ਕੌਲੀ, ਉਹਦੇ ਵਿੱਚ ਪਾਵਾਂਗੇ ਇੱਕ ਚਮਚਾ ਜਿਹੜਾ ਆ ਲੂਣ ਦਾ। ਲੂਣ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ। ਇੱਕ ਛੋਟਾ ਚਮਚਾ ਲਾਲ ਮਿਰਚ, ਅੱਧਾ ਚਮਚਾ ਹਲਦੀ ਦਾ, ਇੱਕ ਚਮਚਾ ਗਰਮ ਮਸਾਲਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ। ਮਿਲਾਉਣ ਤੋਂ ਬਾਅਦ ਇਹ ਜਿਹੜੇ ਟਿੰਡੇ ਆ ਥੋੜ੍ਹੇ ਜਿਹੇ ਇਸ ਤਰੀਕੇ ਨਾਲ ਖੋਲ੍ਹਣੇ ਆ ਅਤੇ ਮਸਾਲਾ ਇਹਨਾਂ ਦੇ ਵਿੱਚ ਭਰੀ ਜਾਣਾ ਆ। ਜ਼ਿਆਦਾ ਆਪਾਂ ਤਾਂ ਨਹੀਂ ਖੋਲ੍ਹਣਾ ਕਿਉਂਕਿ ਫਿਰ ਕੀ ਨਹੀਂ ਤਾਂ ਜਿਹੜੇ ਨੇ ਥੱਲੇ ਤੱਕ ਖੋਲ੍ਹ ਜਾਣਾ ਟਿੰਡੇ ਨੇ। ਸਾਰੇ ਜਿਹੜੇ ਟਿੰਡੇ ਆਪਾਂ ਇੱਦਾਂ ਭਰ ਲੈਣੇ ਆ। ਟਿੰਡਿਆਂ ਦੇ ਵਿੱਚ ਮਸਾਲਾ ਭਰ ਲਿਆ। ਹੁਣ ਅਸੀਂ ਕੜਾਹੀ ਦੇ ਵਿੱਚ ਦੋ ਜਾਂ ਤਿੰਨ ਚਮਚੇ ਜਿਹੜਾ ਆ ਤੇਲ ਪਾਉਣਾ ਆ, ਇਸ ਤੋਂ ਜ਼ਿਆਦਾ ਨਹੀਂ। ਅਤੇ ਤੇਲ ਜਿਹੜਾ ਆ ਸਰੋਂ ਤੋਂ ਲਿਆ ਆ, ਇਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਠੰਡਾ ਕਰ ਲਿਆ ਸੀ। ਹੁਣ ਇਹ ਟਿੰਡੇ ਜਿਹੜੇ ਆਪਾਂ ਇਹਦੇ 'ਚ ਪਾ ਦੇਣੇ। ਇਹਨੂੰ ਉੱਪਰੋਂ ਦੀ ਢੱਕ ਦੇਣਾ ਆ ਅਤੇ ਵਿੱਚੋਂ ਆਪਾਂ ਇਹਨੂੰ ਪਹਿਲਾਂ 2-3 ਮਿੰਟ ਤੱਕ ਪੱਕਣ ਦੇਵਾਂਗੇ, ਫਿਰ ਇਹਨੂੰ ਥੋੜ੍ਹਾ ਜਿਹਾ ਹਿਲਾਵਾਂਗੇ। ਜਦੋਂ ਤੱਕ ਇਹ ਪੱਕਦੇ ਪਏ ਆ ਆਪਾਂ ਜਿਹੜਾ ਸਾਡਾ ਲਸਣ, ਅਦਰਕ, ਟਮਾਟਰ, ਹਰੀਆਂ ਮਿਰਚਾਂ ਉਹਨਾਂ ਨੂੰ ਕੁੱਟ ਕੇ ਤਿਆਰ ਕਰ ਲਾਂ। ਦੋ ਪਿਆਜ਼ ਲਏ ਆ, ਪਿਆਜ਼ ਜਿਹੜੇ ਆ ਥੋੜ੍ਹੇ ਜਿਹੇ ਆਪਾਂ ਬਰੀਕ ਕੱਟ ਲਏ ਸੀ ਤਾਂ ਕਿ ਆਰਾਮ ਨਾਲ ਕੁੱਟੇ ਜਾਣ। ਇਹਨਾਂ ਨੂੰ ਕੁੱਟ ਕੇ ਤਿਆਰ ਕਰ ਲਿਆ। ਚਾਹੇ ਤਾਂ ਤੁਸੀਂ ਇਹਨਾਂ ਨੂੰ ਕੁੱਟ ਲਓ, ਜੇ ਤੁਸੀਂ ਨਹੀਂ ਕੁੱਟਣਾ ਤਾਂ ਤੁਸੀਂ ਇਹਨਾਂ ਨੂੰ ਕੱਦੂਕਸ ਵੀ ਕਰ ਸਕਦੇ ਹੋ। ਇਹਨੂੰ ਢੱਕ ਦੇਣਾ ਆ, ਪਿਆਜ਼ ਜਿਹੜਾ ਕੱਢ ਲੈਣਾ ਕੌਲੀ ਚ। ਤਿੰਨ ਲਈਆਂ ਹਰੀਆਂ ਮਿਰਚਾਂ, ਥੋੜ੍ਹਾ ਜਿਹਾ ਅਦਰਕ ਅਤੇ ਲਸਣ,
दो टमाटर ले आ, टमाटर भी आपां कुट लेने आ। देखो 7-8 मिनट तक आपां टिंडियां नूं इदां भुन लिया, इहनूं हुण आपां थल्ले तार लैणा है। थल्ले तार के कढ़ाई चों कढ लैणा है। उसे कढ़ाई के अंदर अद्धी कड़छी जिहड़ी आ तेल दी पावांगे। देखो मिट्टी दा भांडा जदों तुसीं कदी भी वरतदे हो, चाहे गैस ते वरतो जां चुल्हे तो, जिदा हुण मैं उहदे चों टिंडे कढे सी, कढ के उहनूं इकदम कदी भी पाणी दे विच नहीं पाउणा, कि भांडे नूं पहलां चंगी तरह ठंडा कर लेना आ। ठंडा करके फिर उहनूं तुसीं साफ करना आ। मैं इहनूं पाणी दे विच नहीं पाया, थोड़ा कपड़े दे नाल इहनूं साफ करके फिर इहदे च तेल पाया। ते दूसरी गल इह हुंदी कि जदों तुसीं कदी भी इहनूं गैस तों जां उतार दिओ जां चुल्हे तों उतार दिओ, उस तों बाद उहनूं कदी भी जमीन दे उत्ते नहीं रखणा। उहदे नाल की हुंदा आ, मिट्टी दा भांडा जिहड़ा आ तिड़क जांदा। कोई भी स्टैंड होवे तुहाडे कोल, उहदे उत्ते तुसीं इस भांडे नूं रखणा आ। तेल जिहड़ा साडा हो गया गर्म, पहलां असीं इहदे विच अदरक लसण ते जिहड़ियां हरियां मिर्चां इह पावांगे। ਇਹਨੂੰ ਆਪਾਂ ਭੁੰਨ ਲੈਣਾ ਹੈ। ਇਹਨਾਂ ਨੂੰ ਆਪਾਂ ਬਸ ਇੰਨਾ ਕੀ ਭੁੰਨਣਾ ਹੈ, ਕਿਉਂਕਿ ਹੁਣ ਇਹ 'ਚ ਪਿਆਜ਼ ਪਾਵਾਂਗੇ, ਪਿਆਜ਼ ਪਾ ਕੇ ਵੀ ਇਹ ਭੁੰਨਿਆ ਜਾਂਦਾ ਹੈ। ਅਤੇ ਵੈਸੇ ਵੀ ਜਿਹੜੀ ਇਹ ਸਬਜ਼ੀ ਆਪਾਂ ਬਣਾਉਣ ਲੱਗੇ ਹਾਂ ਭਰਮੇ ਟਿੰਡੇ, ਇਹਦੇ ਵਿੱਚ ਜਿਹੜਾ ਮਸਾਲਾ ਆ, ਮਸਾਲੇ ਨੂੰ ਜ਼ਿਆਦਾ ਨਹੀਂ ਭੁੰਨਣਾ, ਬਹੁਤ ਜ਼ਿਆਦਾ ਜਿੱਦਾਂ ਲਾਲ ਨਹੀਂ ਕਰਨਾ ਮਸਾਲੇ ਨੂੰ। ਪਿਆਜ਼ ਨੂੰ ਵੀ ਬਸ ਆਪਾਂ ਗੁਲਾਬੀ ਦੇ ਰੰਗ ਦਾ ਕਰਨਾ ਹੈ, ਇੰਨਾ ਕੀ ਭੁੰਨਾਂਗੇ। प्याज देखो जिहड़ा आ 3-4 मिनट तक भुन्निया, प्याज इस तरीके का गुलाबी रंग का हो गया। इस तो ज़्यादा नहीं प्याज नहीं भुनना। हुण इहदे विच पीसिया होया जिहड़ा साडा आपां कुटिया होया टमाटर आ उह पा लैणा। टमाटर देखो जिहड़ा साडा चंगी तरह भुन गया है। हुण इहदे विच आपां मसाले जिहड़े आ उह मिलाउणे आ। मसाले देखो जिहड़े आ हिसाब नाल मिलाउणे, क्योंकि आपां जदों टिंडे भरे सी उहदे विच भी पाए सीगे। इस चीज़ दा जिहड़ा आ ध्यान रखणा। अद्धा चमचा पावांगे लूण दा, अद्धा चमचा पावांगे कश्मीरी लाल मिर्च, अद्धे छोटे चमचे तों घट हल्दी, अद्धा छोटा चमचा ही गरम मसाले का, एक चौथा हिस्सा लाल मिर्च। थोड़ा जि आप पाया पानी, पानी पा के हम मसाले भुन लेना है। मसाला देखो साडा चंगी तरह भुनिया गया, तेल इन्हें छड़ दिता। हुण इहदे च आपां टिंडे पा देने। टिंडियां नूं मिला लेना आपां मसाले च। टिंडियां नूं मिला के थोड़ा जिहा पानी का छिट्टा दे देना इहदे ते। हुण इहनूं ढक दांगे ते ढक के 5-7 मिनट लई पक्कण दवांगे। सब्जी देखो साडी बण के तिआर आ। सब्जी दा रंग ते सब्जी दा जिहड़ा सुआद आ बहुत ही वधिया आ, ते देखण दे विच वी बहुत वधिया लग चुकी आ। हुण असीं इहदे च पावांगे हरा धनिया।
ਇਹਦੇ ਨਾਲ ਹੀ ਦੋ ਤਿੰਨ ਚਮਚੇ ਜਿਹੜੇ ਆ ਮੈਂ ਤਾਜ਼ੀ ਮਲਾਈ ਦੇ ਲਏ ਆ। ਮਲਾਈ ਦੀ ਜਗ੍ਹਾ ਤੇ ਤੁਸੀਂ ਕਰੀਮ ਪਾਉਣਾ ਚਾਹੋ ਕਰੀਮ ਵੀ ਪਾ ਸਕਦੇ ਹੋ। ਇਹਨੂੰ ਪਾ ਕੇ ਦੋ ਤਿੰਨ ਮਿੰਟ ਆਪਾਂ ਸੇਕ ਲਵਾਉਣਾ ਹੈ, ਫਿਰ ਇਹਨੂੰ ਥੱਲੇ ਤਾਰ ਦੇ। ਸਬਜ਼ੀ ਸਾਡੀ ਬਣ ਕੇ ਤਿਆਰ, ਥੱਲੇ ਤਾਰ ਲੈਣੀ ਹੁਣ। ਭਰਮੇ ਟਿੰਡੇ ਸਾਡੇ ਬਣ ਕੇ ਤਿਆਰ ਨੇ, ਇਹ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ। ਦੇਖੋ ਜਿਹੜਾ ਜਦੋਂ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਫਰਾਈ ਕੀਤਾ ਸੀ 5-7 ਮਿੰਟ ਤੱਕ, ਉਹਦੇ ਨਾਲ ਕੀ ਹੋਇਆ, ਜਿਹੜਾ ਅਸੀਂ ਸੁੱਕਾ ਮਸਾਲਾ ਟਿੰਡਿਆਂ 'ਚ ਭਰਿਆ ਸੀ ਉਹ ਮਸਾਲਾ ਟਿੰਡਿਆਂ ਦੇ ਵਿੱਚ ਹੀ ਰਚ ਗਿਆ, ਉਹਦਾ ਜਿਹੜਾ ਸਵਾਦ ਆ ਅਤੇ ਉਹ ਬਾਕੀ ਤੇਲ ਲੱਗਣ ਦੇ ਨਾਲ ਜਿਹੜਾ ਮਸਾਲਾ ਉਹ ਬਾਹਰ ਵੀ ਨਹੀਂ ਨਿਕਲਿਆ। ਫਿਰ ਉਸ ਤੋਂ ਬਾਅਦ ਆਪਾਂ ਜਿੱਦਾਂ ਹੁਣ ਇਹਨੂੰ ਤਾਂ ਚੰਗੀ ਤਰ੍ਹਾਂ ਮਸਾਲਾ ਭੁੰਨ ਕੇ ਵਿੱਚ ਉਹਦੇ ਫਿਰ ਆਪਾਂ 5-7-10 ਮਿੰਟ ਲਈ ਭੁੰਨਿਆ ਇਹਨੂੰ ਟਿੰਡਿਆਂ ਨੂੰ, ਤਾਂ ਇਹਨਾਂ ਦਾ ਜਿਹੜਾ ਮਸਾਲੇ ਦਾ ਸਵਾਦ ਜਿਹੜਾ ਅਲੱਗ ਇਹਦੇ ਅੰਦਰ ਆਇਆ, ਅਤੇ ਜਿਹੜਾ ਆਪਾਂ ਸੁੱਕਾ ਮਸਾਲਾ ਭਰਿਆ ਸੀ ਉਹਦਾ ਜਿਹੜਾ ਸਵਾਦ ਇਹਦੇ ਅੰਦਰ ਅਲੱਗ ਤੋਂ ਆਇਆ। ਇਹਨੂੰ ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਰੋਟੀ ਦੇ ਨਾਲ ਜਾਂ ਪਰੌਂਠੇ ਦੇ ਨਾਲ ਬਣਾ ਕੇ ਸਰਵ ਕਰ ਸਕਦੇ ਹੋ, ਇਸੇ ਤਰੀਕੇ ਦੇ ਨਾਲ ਬਣਾ ਕੇ ਖਾਇਓ। ਵੀਡੀਓ ਪਸੰਦ ਆਈ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ।